मेरे घर दो मुलाजम आए किचन में काम कर रहे थे, आए आके उन्होंने पिस्टल दिखाया सानू, कहिंदे नीचे बैठो जी। असं क्या साडा की कसूर आ, दसो असं क्यों नीचे बैठीए। नीचे बैठने लिए क्या असं नहीं बैठे, मेरे तो मेरी भैन के पहले उन्होंने चपेड़ा मारिया, चपेड़ा मारिया। बाद जी वो सानू खिच के घर तो बहर ले आए, घर तो बहर लैके आए जी। उन्होंने जाके त्राह दे विच मेरे पिस्टल मारिया सिर दे विच। ता फिर मेरे फैमिली ने मैनू छडाउण दी कोशिश की, उन्होंने उन्हां ते भी हथ चलाकी की। एक जेंट्स सी, एक लेडीज सी, दो जने सी जी। कारण की है, पुलिस वाले तुहाडे क्यों आए घर? कारण तो सानू उन्होंने दसिया ही नहीं, असं पूछया भी तुसी बैठो सानू दसो गल की है। ठीक है, मेरी मैरिज हुई, मैं अपने माँ घर दो दिन रहन आई। ठीक है, मेरा की कसूर आ, सी काम कर रहे कारपोरेशन में काम कर रहे। ठीक है, जे तुहानू साडे ते कोई डाउट आ तां असीं तुहानू उत्थे लै जांदे आ। ठीक है, तुहानू उन्हां तों पुछा दिंदे जे साडे ते तुहानू कोई इदां दा डाउट है। तां उन्हां ने कोई गल नहीं सुनी, वह उत्थों दी चपेड़ा मेरे मूँह ते जी मारन लग गए जोर जोर सी। वह कहिंदे बैठो, मैनू घड़ीस घड़ीस के लैके गए। उन्होंने मेरे लत्तां दे सोटियां मारियां, मेरी टी शर्ट विच हथ पा के वह मुलाजम ने मैनू खिच के लैके गया जी। ਪ੍ਰਸ਼ਾਸਨ ਨਾਲ ਜਦੋਂ ਗੱਲ ਕੀਤੀ, ਪ੍ਰਸ਼ਾਸਨ ਕਹਿੰਦਾ ਇਹ ਨਜਾਇਜ਼ ਚਿੱਟੇ ਦਾ ਸਪਲਾਈ ਦਾ ਕੰਮ ਕਰਦੇ ਆ। ਚਿੱਟੇ ਸਪਲਾਈ ਦਾ ਕੰਮ ਕਰਦੇ ਹੋਊਗੇ ਜਿਹੜਾ ਮਰਜ਼ੀ, ਸਾਨੂੰ ਨਹੀਂ ਪਤਾ। ਸਾਡੇ ਪਿੰਡ 'ਚ ਜਾ ਕੇ ਕਿਸੇ ਨੂੰ ਵੀ ਪੁੱਛ ਲਓ ਜੇ ਅਸੀਂ ਇੱਦਾਂ ਦਾ ਕੰਮ ਕਰਦੇ, ਸਾਡੀ ਹੈਗੀ ਕਰਿਆਨੇ ਦੀ ਸ਼ੌਪ। ਠੀਕ ਆ ਜੀ, ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹ ਕਹਿਣਾ ਚਾਹੁੰਦੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਇਹਨਾਂ ਨੇ ਮੇਰੇ ਕਿਉਂ ਥੱਪੜ ਮਾਰਿਆ, ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਸੀ ਮੇਰੇ 'ਤੇ ਹੱਥ ਚੱਕਣ ਦਾ। ਠੀਕ ਆ, ਲੇਡੀਜ਼ ਚੱਕਦੀ ਉਹ ਵੀ ਕਿਉਂ ਚੱਕਦੀ, ਜੇ ਮੇਰਾ ਕੋਈ ਕਸੂਰ ਹੁੰਦਾ ਤਾਂ ਦੱਸੋ। ਉਹਨਾਂ ਨੇ ਮੇਰੇ 'ਤੇ ਹੱਥ ਚੱਕਿਆ। ਸਮਾਂ ਕਿੰਨੇ ਵਜੇ ਦਾ ਸੀ? ਸਮਾਂ 4:30 ਵਜੇ ਤੱਕ ਦਾ ਲੱਗ ਰਿਹਾ ਹੈ, ਇੰਨਾ ਕੁ ਹੋਊਗਾ। ਉੱਥੇ ਮੌਕੇ 'ਤੇ ਦੇਖਿਆ ਤਾਂ ਕੀ ਪਾਇਆ ਸਰ? ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਉੱਥੇ ਗੁਰਦੀਪ ਅਤੇ ਗੁਰਦੀਪ ਦੇ ਘਰ ਵਾਲੀ ਨਿਧੀ ਆ, ਇਹਦਾ ਗੁਰਦੀਪ ਦੇ ਫਾਦਰ ਦਾ ਨਾਂ ਹੈਗਾ ਬਚਿੱਤਰ ਸਿੰਘ ਪੰਜ ਢੇਰਾ ਜੀ, ਵੀ ਨਸ਼ਾ ਵੇਚਦੇ ਨੇ। ਅਸੀਂ ਉੱਥੇ ਜਦੋਂ ਪਹੁੰਚਿਆ ਮੈਂ ਆਪਣੀ ਪੁਲਿਸ ਪਾਰਟੀ ਨਾਲ, ਜੇ ਥੋੜ੍ਹਾ ਜਿਹਾ ਜਿਵੇਂ ਕਹਿੰਦਾ ਤੁਰ ਕੇ ਜਾਣ ਨੂੰ ਸਾਨੂੰ 250-300 ਮੀਟਰ ਦਾ ਰਸਤਾ ਸੀਗਾ, ਰਸਤਾ ਗੱਡੀ ਅੱਗੇ ਜਾਣੀ ਸੀ ਸਾਡੀ, ਜਾਣੂ ਸਾਨੂੰ ਦੇਖ ਕੇ ਜੋ ਆਪਣਾ ਉੱਥੋਂ ਫਰਾਰ ਹੋ ਗਏ। ਮੁੜ ਕੇ ਅਸੀਂ ਸਰਚ ਕੀਤੀ, ਦੌਰਾਨੇ ਸਰਚ ਕੁਛ ਮਿਲਿਆ ਨਹੀਂ, ਕੋਈ ਗੱਲ ਨਹੀਂ, ਅਸੀਂ ਇਹਨਾਂ ਨੂੰ ਭਜਾ ਕੇ ਰੱਖਿਆ ਅਤੇ ਇਹਨਾਂ ਨੂੰ ਅਸੀਂ ਨਸ਼ਾ ਨਹੀਂ ਵੇਚਣ ਦੇਵਾਂਗੇ। ਕੀ ਸਰ ਲੱਗਦਾ ਵੀ ਇਹ ਨਸ਼ਾ ਵੇਚਦੇ ਹਨ? ਕੋਈ ਉੱਥੇ ਤੁਸੀਂ ਆਪ ਪਤਾ ਕਰਾਇਆ? ਬਿਲਕੁਲ ਜੀ ਬਿਲਕੁਲ, ਸਾਨੂੰ ਉੱਥੇ ਲੋਕਾਂ ਦੀ ਇਨਫੋਰਮੇਸ਼ਨ ਹੀ ਸੀਗੀ ਵੀ ਇਹ ਦੋਨੇ ਮੀਆਂ ਬੀਬੀ ਨਸ਼ਾ ਵੇਚਦੇ ਨੇ, ਵੀ ਇਹਨਾਂ ਦਾ ਸ਼ਿਕੰਜਾ ਕੱਸੋ। ਅਸੀਂ ਆਪਣੇ ਤੌਰ 'ਤੇ ਉੱਥੇ ਇਨਫੋਰਮੇਸ਼ਨ ਹਾਸਲ ਕਰਕੇ ਉੱਥੇ ਪਹੁੰਚੇ, ਪਰ ਸਾਨੂੰ ਜਦੋਂ ਇਹੀ ਇੱਕ ਦਿੱਕਤ ਪੇਸ਼ ਆਈ ਵੀ ਰਸਤਾ ਲੰਮਾ ਹੀ ਤੁਰ ਕੇ ਜਾਣ ਨੂੰ, ਅਤੇ ਜੋ ਅਸੀਂ ਤੁਰ ਕੇ ਪਹੁੰਚੇ 250-300 ਮੀਟਰ, ਉਹ ਸਾਨੂੰ ਦੇਖ ਕੇ ਦੂਰੋਂ ਫਰਾਰ ਹੋ ਗਏ। ਇਹਨਾਂ 'ਤੇ ਪਹਿਲਾਂ ਕੋਈ FIR ਲਾਂਚ ਹੈਗੀ? ਇਹ ਜੀ ਰਿਕਾਰਡ ਪਤਾ ਕਰ ਰਹੇ ਹਾਂ। ਠੀਕ, ਥੈਂਕ ਯੂ।